सिक्कियां दे उपर ए अंगूठे दा निशान क्यों हुंदा है? क्यों इस देश दे विच लोक अंदोलन दे नाम ते छोटे बच्चियां दे डॉल नूं सड़क दे उपर रखदे हन? अजिहा की होया कि इस मरे हुए आदमी दा पासपोर्ट बनाउणा पिया? टॉयलेट दे विच चिट्टे रंग दीआं बौलां क्यों रखीआं जांदीआं हन? दुनिया दे विचों किहड़ी फसल है जिहड़ी हर जगह ते उग जांदी है? अजिही रोचक तत्थ जानने लई जुड़ो मेरे नाल। मैं हां तुहाडा होस्ट जसप्रीत सिंह, तुसीं देख रहे हो चोर टीवी। ਤੁਸੀਂ ਸਾਰੇ ਟੌਮ ਐਂਡ ਜੈਰੀ ਦੇ ਕਾਰਟੂਨ ਬਾਰੇ ਤਾਂ ਜਾਣਦੇ ਹੀ ਹੋਵੋਗੇ, ਪਰ ਇੰਡੀਆ ਦੇ ਆਜ਼ਾਦ ਹੋਣ ਤੋਂ ਪਹਿਲਾਂ ਇਹ ਸ਼ੋਅ ਸਿਰਫ ਸਿਨੇਮੇ ਦੇ ਵਿੱਚ ਹੀ ਦਿਖਾਇਆ ਜਾਂਦਾ ਸੀ। ਉਦੋਂ ਸਿਰਫ ਇਕੱਲੇ ਛੋਟੇ ਬੱਚੇ ਨਹੀਂ ਬਲਕਿ ਵੱਡੇ ਲੋਕ ਵੀ ਇਸ ਨੂੰ ਸਿਨੇਮੇ ਦੇ ਵਿੱਚ ਜਾ ਕੇ ਦੇਖਦੇ ਸਨ। ਇਹ ਕੁੜੀ ਜਿਹੜੀ ਤੁਸੀਂ ਦੇਖ ਰਹੇ ਹੋ, ਇਹ 1 ਸਾਲ ਦੇ ਵਿੱਚ 8 ਸਾਲ ਜਿੰਨੀ ਪੜ੍ਹਾਈ ਕਰ ਲੈਂਦੀ ਹੈ। ਇਹ ਯੂਕੇ ਜਾਣ ਕੇ ਇੰਗਲੈਂਡ ਦੇ ਵਿੱਚ ਰਹਿੰਦੀ ਹੈ ਤੇ ਇਸ ਨੂੰ ਇੱਕ ਬਹੁਤ ਅਜੀਬ ਬਿਮਾਰੀ ਹੈ। ਇਹ ਕੁੜੀ ਸਿਰਫ 18 ਸਾਲ ਦੀ ਉਮਰ ਦੇ ਵਿੱਚ ਹੀ ਮਰ ਗਈ ਸੀ ਤੇ ਦੇਖਣ ਨੂੰ ਇਹ ਐਂ ਲੱਗਦਾ ਹੈ ਜਿਵੇਂ ਇਹ 100 ਸਾਲ ਦੀ ਹੋਵੇ। ਅਮਰੀਕਨ ਐਕਟਰ ਜੌਨ ਰਵਾਲਟਾ ਦਾ ਆਪਣੇ ਘਰ ਦੇ ਅੰਦਰ ਆਪਣਾ ਇੱਕ ਪ੍ਰਾਈਵੇਟ ਏਅਰਪੋਰਟ ਹੈ। ਇਹਨਾਂ ਦੇ ਘਰ ਦੇ ਅੰਦਰ ਜਿਹੜਾ ਏਅਰਪੋਰਟ ਹੈ ਉਸ ਦੇ ਉੱਪਰ ਕੋਈ ਵੀ ਜਹਾਜ਼ ਲੈਂਡ ਅਤੇ ਟੇਕ ਆਫ ਕਰ ਸਕਦਾ ਹੈ ਤੇ ਇਹਨਾਂ ਕੋਲ ਆਪਣਾ ਬੋਇੰਗ 747 ਜਹਾਜ਼ ਵੀ ਹੈ। ਤੁਸੀਂ ਜਿਹੜੇ ਫ੍ਰੈਂਚ ਫਰਾਈ ਖਾਂਦੇ ਹੋ ਹੌਲੀ ਹੌਲੀ ਇਹ ਪੂਰੀ ਦੁਨੀਆ ਤੋਂ ਖਤਮ ਹੋ ਰਹੇ ਹਨ। ਜਪਾਨ ਅਤੇ ਕੀਨੀਆ ਵਰਗੇ ਦੇਸ਼ ਦੇ ਵਿੱਚ ਮੈਕਡੋਨਲ ਅਤੇ KFC ਨੇ ਫ੍ਰੈਂਚ ਫਰਾਈਜ਼ ਵੇਚਣੀਆਂ ਬੰਦ ਕਰ ਦਿੱਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕੀਮਤ ਵੀ ਵਧੇਗੀ ਤੇ ਇਸ ਦਾ ਕਾਰਨ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਆਲੂਆਂ ਦੀ ਬਹੁਤ ਜ਼ਿਆਦਾ ਕਮੀ ਹੋ ਗਈ ਹੈ। 42% ਲੋਕ ਜਿਹੜੇ ਗ੍ਰੈਜੂਏਟ ਹੁੰਦੇ ਨੇ ਉਹ ਗ੍ਰੈਜੂਏਟ ਹੋਣ ਤੋਂ ਬਾਅਦ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਕਿਤਾਬ ਜਾਂ ਕਹੀਏ ਕਿਸੇ ਵੀ ਬੁੱਕ ਨੂੰ ਹੱਥ ਨਹੀਂ ਲਗਾਉਂਦੇ, ਕਿਉਂਕਿ ਲਗਾਤਾਰ ਇੰਨੀ ਸਟੱਡੀ ਕਰਨ ਤੋਂ ਬਾਅਦ ਉਹਨਾਂ ਦੀ ਕਿਤਾਬਾਂ ਦੇ ਵਿੱਚ ਦਿਲਚਸਪੀ ਖਤਮ ਹੋ ਜਾਂਦੀ ਹੈ। ਕਦੇ ਕਦੇ ਤੁਸੀਂ ਜਦੋਂ ਲਗਾਤਾਰ ਬੈਠ ਕੇ ਖੜੇ ਹੁੰਦੇ ਹੋਵੋਗੇ ਤਾਂ ਤੁਹਾਨੂੰ ਚੱਕਰ ਵਰਗਾ ਮਹਿਸੂਸ ਹੁੰਦਾ ਹੋਵੇਗਾ। ਜੇਕਰ ਤੁਹਾਨੂੰ ਇਹ ਕਦੇ ਕਦਾਈ ਹੁੰਦਾ ਹੈ ਤਾਂ ਇਹ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ, ਪਰ ਜੇਕਰ ਤੁਹਾਨੂੰ ਹਮੇਸ਼ਾ ਅਜਿਹਾ ਹੁੰਦਾ ਹੈ ਜਾਂ 4 ਦਿਨਾਂ ਦੇ ਵਿੱਚ ਇੱਕ ਵਾਰ ਹੁੰਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡਾ BP ਲੋ ਹੈ ਤੇ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਬਹੁਤ ਹੈਰਾਨੀ ਵਾਲਾ ਫੈਕਟ ਹੈ ਕਿ ਇੰਡੀਆ ਦੇ ਵਿੱਚ ਇੱਕ 4-ਲੇਨ ਸੜਕ 1 ਕਿਲੋਮੀਟਰ ਤੱਕ ਬਣਾਉਣ ਦੇ ਲਈ 8 ਤੋਂ 9 ਕਰੋੜ ਦਾ ਖਰਚਾ ਆਉਂਦਾ ਹੈ। ਉੱਥੇ ਹੀ 1 ਕਿਲੋਮੀਟਰ 6-ਲੇਨ ਰੋਡ ਬਣਾਉਣ ਦੇ ਲਈ 14 ਕਰੋੜ ਦਾ ਖਰਚਾ ਆਉਂਦਾ ਹੈ। ਹੁਣ ਤੁਸੀਂ ਜਿਹੜੀ ਫੋਟੋ ਦੇਖ ਰਹੇ ਹੋ ਇਹ ਬੈਂਕ ਦੇ ਮੈਨੇਜਰਾਂ ਦੀ ਹੈ। ਇਹਨਾਂ ਬੈਂਕ ਮੈਨੇਜਰਾਂ ਨੇ ਸੋਚਿਆ ਕਿ ਉਹ ਜਿਹੜੇ ਕੱਪੜਿਆਂ ਦੇ ਵਿੱਚ ਜੂਮ ਦੇ ਉੱਪਰ ਮੀਟਿੰਗ ਕਰਦੇ ਨੇ ਇਹੀ ਕੱਪੜਿਆਂ ਦੇ ਵਿੱਚ ਫੋਟੋ ਖਿਚਾਉਣਗੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਆਨਲਾਈਨ ਮੀਟਿੰਗ ਦੇ ਵਿੱਚ ਇਹ ਸਾਰੇ ਲੋਕਾਂ ਨੇ ਆਪਣੇ ਥੱਲੇ ਕੀ-ਕੀ ਪਾਇਆ ਹੋਇਆ ਹੈ ਤੇ ਅਕਸਰ ਲੋਕ ਜੂਮ ਮੀਟਿੰਗ ਦੌਰਾਨ ਅਜਿਹਾ ਕਰਦੇ ਹਨ। ਜੇਕਰ ਤੁਸੀਂ ਕੋਈ ਅਜਿਹੀ ਥਾਂ ਤੇ ਜਾਣਾ ਚਾਹੁੰਦੇ ਹੋ ਪਰ ਤੁਹਾਡੇ ਨਾਲ ਦੇ ਜਾਂ ਤੁਹਾਡੇ ਫੈਮਿਲੀ ਮੈਂਬਰਾਂ ਨੂੰ ਉਹ ਜਗ੍ਹਾ ਦੇ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਹੈ ਤਾਂ ਇੱਥੇ ਸਭ ਤੋਂ ਵਧੀਆ ਇਹ ਰਹੇਗਾ ਕਿ ਉਸ ਜਗ੍ਹਾ ਤੇ ਤੁਸੀਂ ਇਕੱਲੇ ਜਾਓ, ਕਿਉਂਕਿ ਉੱਥੇ ਜਾ ਕੇ ਤੁਹਾਨੂੰ ਆਪਣੇ ਵਰਗੇ ਵਿਚਾਰਾਂ ਵਾਲੇ ਲੋਕ ਮਿਲ ਜਾਣਗੇ। ਕਦੇ ਕਦੇ ਸਾਨੂੰ ਅਚਾਨਕ ਖੰਘ ਆਉਣ ਲੱਗਦੀ ਹੈ ਤੇ ਜੇਕਰ ਕਿਸੇ ਕਾਰਨ ਤੁਸੀਂ ਉਸ ਨੂੰ ਰੋਕਣਾ ਚਾਹੁੰਦੇ ਹੋ ਤੁਸੀਂ ਆਪਣੇ ਹੱਥਾਂ ਨੂੰ ਇਸ ਤਰੀਕੇ ਦੇ ਨਾਲ ਉੱਪਰ ਨੂੰ ਕਰ ਲਓ, ਅਜਿਹਾ ਕਰਨ ਦੇ ਨਾਲ ਤੁਹਾਡੀ ਖੰਘ ਥੋੜੇ ਟਾਈਮ ਤੱਕ ਰੁਕ ਜਾਵੇਗੀ। ਹੁਣ ਤੁਸੀਂ ਇਸ ਕਮਾਲ ਦੇ ਆਰਟ ਨੂੰ ਦੇਖੋ, ਇੱਕ ਆਦਮੀ ਨੇ ਚਾਹ ਦੇ ਕੱਪ ਨੂੰ ਇੱਕ ਪੇਪਰ ਦੇ ਉੱਪਰ ਡੋਲ ਦਿੱਤਾ ਤੇ ਫਿਰ ਉਹ ਡੁੱਲੇ ਹੋਏ ਚਾਹ ਦੇ ਕੱਪ ਦੇ ਨਾਲ ਇਸ ਪੇਪਰ ਦੇ ਉੱਪਰ ਕਮਾਲ ਦੀ ਆਰਟ ਬਣਾਉਂਦਾ ਹੈ। ਪੂਰੀ ਦੁਨੀਆ ਦੇ ਵਿੱਚ ਮੱਕੀ ਹੀ ਇੱਕ ਅਜਿਹੀ ਫਸਲ ਹੈ ਜਿਹੜੀ ਇਹ ਧਰਤੀ ਤੇ ਕਿਤੇ ਵੀ ਉਗਾਈ ਜਾ ਸਕਦੀ ਹੈ। ਮੱਕੀ ਇੱਕ ਅਜਿਹੀ ਫਸਲ ਹੈ ਜਿਹੜੀ ਘਟੀਆਂ ਤੋਂ ਘਟੀਆਂ ਜ਼ਮੀਨ ਤੇ ਵੀ ਉੱਗ ਜਾਂਦੀ ਹੈ। ਬਸ ਅੰਟਾਰਟਿਕਾ ਨੂੰ ਛੱਡ ਕੇ ਇਹ ਦੁਨੀਆ ਦੇ ਕਿਸੇ ਵੀ ਕੋਨੇ ਤੇ ਉੱਗ ਸਕਦੀ ਹੈ, ਕਿਉਂਕਿ ਅੰਟਾਰਟਿਕਾ ਦੀ ਪੂਰੀ ਜ਼ਮੀਨ ਬਰਫ਼ ਦੇ ਨਾਲ ਢਕੀ ਰਹਿੰਦੀ ਹੈ। ਮਿਆਨਮਾਰ ਦੇ ਵਿੱਚ ਲੋਕ ਕੁਝ ਇਸ ਤਰ੍ਹਾਂ ਦੇ ਨਾਲ ਸੜਕ ਦੇ ਉੱਪਰ ਡੋਲ ਰੱਖ ਰਹੇ ਹਨ। ਅਸਲ ਦੇ ਵਿੱਚ ਇਸ ਸਮੇਂ ਮਿਆਨਮਾਰ ਦੇ ਲੋਕ ਅਤੇ ਉੱਥੋਂ ਦੀ ਸਰਕਾਰ ਦੇ ਵਿਚਾਲੇ ਹਾਲਾਤ ਕੁਝ ਠੀਕ ਨਹੀਂ ਹਨ। ਇਸ ਦਾ ਕਾਰਨ ਇਹ ਹੈ ਕਿ ਉੱਥੋਂ ਦੇ ਲੋਕ ਅੰਦੋਲਨ ਵੀ ਕਰਨਾ ਚਾਹੁੰਦੇ ਹਨ ਪਰ ਉਹਨਾਂ ਨੂੰ ਇਹ ਵੀ ਡਰ ਹੈ ਕਿ ਸਰਕਾਰ ਉਹਨਾਂ ਨੂੰ ਕਿਸੇ ਵੀ ਵੇਲੇ ਗੋਲੀ ਮਾਰ ਸਕਦੀ ਹੈ ਤੇ ਉਹਨਾਂ ਨੇ ਆਪਣਾ ਸਰਕਾਰ ਨੂੰ ਵਿਰੋਧ ਦਿਖਾਉਣ ਦੇ ਲਈ ਇਹ ਕਮਾਲ ਦਾ ਤਰੀਕਾ ਲੱਭਿਆ ਹੈ। ਉਹਨਾਂ ਨੇ ਸਰਕਾਰ ਦੇ ਵਿਰੋਧ ਆਪਣਾ ਰੋਸ ਦਿਖਾਉਣ ਦੇ ਲਈ ਅਜਿਹੀਆਂ ਹਜ਼ਾਰਾਂ ਡੋਲ ਸੜਕ ਦੇ ਉੱਪਰ ਰੱਖ ਦਿੱਤੀਆਂ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਉਂ ਇੱਕ ਮਰੇ ਹੋਏ ਇਨਸਾਨ ਦਾ ਪਾਸਪੋਰਟ ਬਣਾਉਣਾ ਪਿਆ। ਇਹ ਤਕਰੀਬਨ 3000 ਸਾਲ ਪੁਰਾਣੀ ਇਜਿਪਸ਼ੀਅਨ ਮੰਮੀ ਹੈ ਜਿਸ ਦਾ ਪਾਸਪੋਰਟ ਅਤੇ ਵੀਜ਼ਾ ਲਗਵਾਉਣਾ ਪਿਆ, ਕਿਉਂਕਿ ਇਸ ਮੰਮੀ ਨੂੰ ਇਜਿਪਟ ਤੋਂ ਪੈਰਿਸ ਲੈ ਕੇ ਜਾਣਾ ਸੀ। ਇਜਿਪਟ ਦੇ ਵਿੱਚ ਇਸ ਮੰਮੀ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਰਹੀ ਸੀ ਤੇ ਇਸ ਦੇ ਉੱਪਰ ਚੰਗੀ ਤਰ੍ਹਾਂ ਦੇ ਨਾਲ ਰਿਸਰਚ ਨਹੀਂ ਹੋ ਰਹੀ ਸੀ, ਇਸ ਲਈ ਅਜਿਹਾ ਕੀਤਾ ਗਿਆ ਕਿਉਂਕਿ ਪੈਰਿਸ ਦੇ ਵਿੱਚ ਕਾਨੂੰਨ ਹੈ ਕਿ ਉੱਥੇ ਕਿਸੇ ਵੀ ਇਨਸਾਨ ਨੂੰ ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ ਐਂਟਰ ਨਹੀਂ ਹੋਣ ਦਿੱਤਾ ਜਾਂਦਾ, ਭਾਵੇਂ ਉਹ ਇਨਸਾਨ 3000 ਸਾਲ ਪਹਿਲਾਂ ਹੀ ਕਿਉਂ ਨਾ ਮਰਿਆ ਹੋਵੇ। ਬੰਗਲਾਦੇਸ਼ ਦੇ ਇੱਕ ਅਮੀਰ ਆਦਮੀ ਨੇ ਤਾਜ ਮਹਿਲ ਦਾ ਕਲੋਨ ਬਣਾਇਆ ਹੈ। ਇਹ ਹੈ ਤਾਂ ਛੋਟਾ ਪਰ ਬਿਲਕੁਲ ਤਾਜ ਮਹਿਲ ਵਰਗਾ ਦਿਖਾਈ ਦਿੰਦਾ ਹੈ, ਕਿਉਂਕਿ ਇਹ ਅਮੀਰ ਆਦਮੀ ਚਾਹੁੰਦਾ ਸੀ ਕਿ ਇਸ ਦੇ ਦੇਸ਼ ਦੇ ਗਰੀਬ ਲੋਕ ਜਿਹੜੇ ਤਾਜ ਮਹਿਲ ਜਾ ਕੇ ਆਗਰੇ ਦੇ ਵਿੱਚ ਨਹੀਂ ਦੇਖ ਸਕਦੇ ਉਹ ਇੱਥੇ ਹੀ ਤਾਜ ਮਹਿਲ ਵਰਗੀ ਫੀਲਿੰਗ ਲੈ ਲੈਣ। 16 ਅਗਸਤ 2013 ਨੂੰ ਗੂਗਲ ਸਿਰਫ 5 ਮਿੰਟ ਦੇ ਲਈ ਡਾਊਨ ਹੋ ਗਿਆ ਸੀ ਤੇ ਉਸ ਸਮੇਂ ਹੀ ਪੂਰੀ ਦੁਨੀਆ ਦੇ ਵਿੱਚ ਇੰਟਰਨੈਟ ਦੀ ਵਰਤੋਂ 40% ਘੱਟ ਹੋ ਗਈ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਇੰਟਰਨੈਟ ਦੇ ਉੱਪਰ ਗੂਗਲ ਦਾ ਕਿੰਨਾ ਜ਼ਿਆਦਾ ਅਸਰ ਹੈ।
एक बहुत कमाल का किस्सा है कि आयरलैंड दे विच एक स्टूडेंट की मौत हो गई सी ते जदों उसनू चक के एंबूलेंस दे राही हॉस्पिटल पहुंचाया गया ते डॉक्टर ने उसनू मरिया होया घोषित कर दिता। पर कुछ घंटिया बाद स्टूडेंट अपने आप उठ जाता है ते उसनू देख के सारे हैरान रह जाते हैं ते जदों डॉक्टर ने उसनू पुछया कि अजिहा किस तरह होया तो उस स्टूडेंट ने दसिया कि उसने सब कुछ देखा है कि जदों मरिया सी तो वह अपने शरीर नू देख रहा सी ते उसने यह भी दसिया कि जदों मरिया तो उसके शरीर नू किवें एंबूलेंस दे विच रख के हॉस्पिटल दे विच लिजाया गया ते किहड़े किहड़े डॉक्टरां ते नर्सां ने उसका चेकअप किया ते उस स्टूडेंट ने जिहड़ा कुछ दसिया वह बिल्कुल इन बिन सच सी। इस दे उपर यकीन करना थोड़ा मुश्किल है पर यह सच है। यूएसए के राष्ट्रपति कॉलविन कॉलडेज के कोल दो शेर होंदे सन जिहड़े उन्होंने अफरीका की सरकार ने गिफ्ट वजो दिते सन जदों शेर काफ़ी ज़्यादा छोटे सन। कमाल की गल यह है कि इन्हां दोनों शेरों का नाम से बजट ब्यूरो अते टैक्स रिडक्शन। यह उस समय अफरीका देश दीआं सब तो वड्डीआं समस्यावां सन जिन्हां नूं अमेरिका ही ठीक कर सकता सी ते अमेरिका नूं वार वार यह चीज़ याद कराउण दे लई उन्होंने अपने शेरों के नाम ही इस तरह नाल रख दिते। जेकर कोई भी पब्लिक टॉयलेट दे विच जांदा है तो उत्थे उसने यह चीज़ नोट की होगी कि उत्थे इस तरह की चिट्टे रंग दीआं गोलियां जरूर होंदियां हन। तो अक्सर ही हर किसी के दिमाग दे विच सवाल उठता है कि इन्हां दा काम की है। इन्हां दा काम है स्मैल नूं कवर करना क्योंकि पब्लिक टॉयलेट दे विच जिन्ने भी लोग जाते हैं वह चंगी तरह के पानी की वरतों नहीं करते। किसी नूं जल्दी हुंदी है तो कोई जानबूझ के अजिहा करता है जिस कारण उन्हां टॉयलेट दे विच बहुत ज़्यादा स्मैल आउंदी है तो उस स्मैल नूं खत्म करने लिए चिट्टे रंग दीआं बॉल नूं रखिया जाता है क्योंकि इन्हां चिट्टे रंग दीआं बॉल दे विच एक खास तरह का कैमिकल हुंदा है जिहड़ा कि स्मैल नूं कवर करता है। तुसी 1 रुपए के सिक्के के उपर यह अंगूठे का निशान जरूर देखा होगा। हुण तुहानू दसदे हां कि यह अजिहा क्यों हुंदा है। 2004 तो पहला 1 रुपए के सिक्के के उपर कणक का चिन्ह हुंदा सी जिहड़ा कि लोगों नू खेती करन दे लई उत्साहित करता सी क्योंकि उस समय भारत दे विच सब तो वड्डी कमी अनाज जानी कि खेती की सी ते इस चीज़ नू सिग्नीफाई करन दे लई इस सिक्के के उपर कणक बनी हुंदी सी ते फिर इस दे उपर अंगूठे का निशान दे दिता गया जिहड़ा यह दर्शाउंदा है कि भारत का भविख जानी कि फ्यूचर काफ़ी ज़्यादा ब्राइट है। ते दूजी जिहड़ी चीज़ तुसी इस दे विच नोट की होगी कि यह अंगूठा एक औरत का हथ है जिहड़ा कि भारत दे विच नारी शक्ति जाने कि औरतों की पावर का प्रतीक है। यह सन जी कुछ रोचक तत्थ जिस दुनिया के आप रहे हैं उसके बारे तुहानू साडी वीडियो किदां लगी कमेंट करके जरूर दसना। साडे यूट्यूब के चैनल जो टीवी जरूर सबसक्राइब करना ते फेसबुक के चैनल जो टीवी जरूर फॉलो करना। धन्यवाद।